ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ। ਹੈਲੋ, ਥੈਂਕ ਯੂ ਅਰਵਿੰਦ ਜੀ, ਬਰਿੰਦਰ ਆਲੂ ਵਾਲਿਆ। ਥੈਂਕ ਯੂ ਫਾਰ ਕਾਲਿੰਗ ਬਰਿੰਦਰ ਜੀ। ਜੀ, ਇਹ ਦੇਖੋ, ਜਜ਼ਬਾਤ 'ਚ ਬਹਿਕਣ ਦੀ ਲੋੜ ਨਹੀਂ ਹੈ, ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਹੋ ਕੀ ਰਿਹਾ। ਸ਼ੋਰ ਸ਼ੋਰ, ਇਹ ਹੈਗੀ ਜ਼ੀਰੋ ਟੋਲਰੈਂਸ ਪਾਲਿਸੀ। ਉਹਦੇ 'ਚ ਇਹਨਾਂ ਨੇ ਕਹਿ ਲਿਆ ਕਿ ਜਿਹੜੀ ਵੀ ਇਲੀਗਲ ਲੋਕ ਆਉਂਦੇ ਨੇ ਔਰ ਇੱਥੇ ਆ ਕੇ ਅਸਾਈਲਮ ਮੰਗਦੇ ਨੇ, ਜਾਂ ਜਿਹੜੇ ਡੈਲੀਬਰੇਟਲੀ ਆਉਂਦੇ ਨੇ, ਪਾਸਪੋਰਟ ਪਾੜ ਪੁੜ ਕੇ ਸੁੱਟ ਦਿੰਦੇ ਨੇ ਔਰ ਅਸਾਈਲਮ ਮੰਗਦੇ ਨੇ, ਅਤੇ ਉਹਨਾਂ ਨੂੰ ਅਸੀਂ ਜ਼ੀਰੋ ਟੋਲਰੈਂਸ, ਅਸੀਂ ਉਹਨਾਂ ਨੂੰ ਡਿਟੇਨ ਕਰ ਲਾਂਗੇ ਔਰ ਉਹਨਾਂ ਦੇ ਅਗੇਂਸਟ ਪ੍ਰੋਸੀਡਿੰਗ ਕਰਾਂਗੇ, ਔਰ ਉਹਨਾਂ ਨੂੰ ਜਦ ਤੱਕ ਉਹਨਾਂ ਨੂੰ ਵਾਪਸ ਨਹੀਂ ਕਰ ਦਿੰਦੇ ਆਪਣੇ ਆਪਣੇ ਦੇਸ਼ਾਂ 'ਚ, ਅਸੀਂ ਉਹਨਾਂ ਨੂੰ ਵੜਨ ਨਹੀਂ ਦੇਣਾ। ਲੇਕਿਨ ਹੁਣ ਹੁੰਦਾ ਕੀ ਹੈ ਕਿ ਬੱਚੇ ਕਿਉਂ ਸੈਪਰੇਟ ਹੋਏ? ਜੀ ਐਗਜੈਕਟਲੀ, ਬੱਚੇ ਸੈਪਰੇਟ ਇਸ ਕਰਕੇ ਹੋਏ ਜੀ ਕਿ ਸਾਡੇ ਲਾਅ ਹੈਗਾ ਕਿ ਬੱਚਿਆਂ ਨੂੰ ਤੁਸੀਂ ਡਿਟੈਂਸ਼ਨ ਦੇ ਵਿੱਚ ਨਹੀਂ ਰੱਖ ਸਕਦੇ, ਜੇਲ੍ਹ 'ਚ ਨਹੀਂ ਪਾ ਸਕਦੇ। ਇਸ ਕਰਕੇ ਬਿਊਰੋਕ੍ਰੇਸੀ ਨੇ, ਬੇਵਕੂਫ ਨੇ, ਇਹਨਾਂ ਨੇ ਕੀ ਕੀਤਾ, ਬੱਚਿਆਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਅਲੱਗ ਕਰਕੇ ਇੱਕ ਜਿਵੇਂ ਹੁੰਦਾ ਨੇ ਦੜਬੇ ਜਿਹੇ ਮੇਕਸ਼ਿਫਟ ਕੇਜ ਸਿਸਟਮ ਦੇ ਵਿੱਚ ਪਾ ਕੇ ਅਲੱਗ ਕਰ ਦਿੱਤਾ। ਹੁਣ ਇਹ ਜਿਹੜੀ ਕਮੋਸ਼ਨ ਹੋਈ ਜਿਹਦੇ 'ਚ ਕਿ ਪੇਰੈਂਟਸ ਔਰ ਬੱਚੇ ਦੋਨੋਂ ਘਬਰਾ ਗਏ, ਉਹਨਾਂ ਨੂੰ ਵਿਲਕਣ ਲੱਗ ਪੈ, ਉਹਨਾਂ ਨੂੰ ਸਮਝ ਨਹੀਂ ਆਈ ਕਿ ਹੋ ਕੀ ਰਿਹਾ, ਅਤੇ ਇੱਕ ਰੋਂਦੇ ਬਰਕਲਾਉਂਦੇ ਬੱਚੇ ਨੂੰ ਤੁਸੀਂ ਦੁਨੀਆਂ ਉਹਦੇ ਪੈਰ 'ਤੇ ਰੱਖਦੇ ਹੋ, ਉਹਦੇ ਲਈ ਉਹ ਮਿੱਟੀ ਹੈ, ਉਹ ਨਹੀਂ ਸਮਝਦਾ ਕਿ ਕੀ ਹੋ ਰਿਹਾ ਜੀ। ਅੱਛਾ, ਹੁਣ ਇਹ ਸਿਸਟਮ ਨੂੰ ਠੀਕ ਕਰਨ ਲਈ ਕਿ ਤੁਸੀਂ ਬੱਚਿਆਂ ਨੂੰ ਅਗਰ ਜੇਲ੍ਹ 'ਚ ਨਹੀਂ ਪਾ ਸਕਦੇ, ਐਟਲੀਸਟ ਉਹਨਾਂ ਨੂੰ ਕੁਛ ਅੱਛੀ ਮਾਵਾਂ ਤੋਂ ਅਲੱਗ ਨਾ ਕਰੋ, ਜਾਂ ਪੇਰੈਂਟਸ ਜਾਂ ਜਿਹੜਾ ਵੀ ਉਹਨਾਂ ਦੇ ਨਾਲ ਬੰਦਾ ਆਇਆ ਜੀ। ਪਹਿਲੇ ਵੀ ਬ੍ਰਿੰਦਰ ਜੀ ਇਹੀ ਹੁੰਦਾ ਆਇਆ, ਜਿਹੜੇ 2-4 ਦਿਨਾਂ ਤੋਂ ਟਰੰਪ ਦੀ ਸਟੇਟਮੈਂਟਸ ਆ ਰਹੀਆਂ ਕਿ ਇਹ ਕਾਂਗਰਸ ਦੀ ਗਲਤੀ ਹੈ, ਇਹ ਰਿਪਬਲਿਕਨਸ ਦੀ ਹੈ, ਇਹ ਡੈਮੋਕ੍ਰੇਟਸ ਦੀ ਗਲਤੀ ਹੈ, ਦੈਟ ਹੈਜ਼ ਬੀਨ ਮਿਸਗਾਈਡੈਂਸ, ਕਿਉਂਕਿ ਇਹ ਸਾਰਾ ਕੁਝ ਹੁੰਦਾ ਆਇਆ ਪਹਿਲੇ ਪਿਛਲੇ ਪ੍ਰੈਜ਼ੀਡੈਂਟਸ਼ਿਪ ਦੇ ਵਿੱਚ ਵੀ ਹੁੰਦਾ ਆਇਆ, ਬਟ ਐਟਲੀਸਟ ਦੇ ਚੋਜ਼ ਨਾਟ ਟੂ ਸੈਪਰੇਟ ਫੈਮਲੀਜ਼। ਉਹਦੀ ਵਜ੍ਹਾ ਇਹ ਹੈ ਜੀ ਕਿ ਅੰਦਰੂਨੀ ਗੱਲ ਇਹ ਹੈ ਕਿ ਟਰੰਪ ਇਜ਼ ਫਿਸ਼ਿੰਗ ਫੋਰ $25 billion ਕਿ ਮੈਂ ਵਾਲ ਬਣਾਉਣੀ ਹੈ, ਔਰ ਉਹ ਕਿਉਂਕਿ ਪੈਸਾ ਨਹੀਂ ਆ ਰਿਹਾ, ਉਹ ਡੈਮੋਕ੍ਰੈਟਸ ਨੂੰ ਬਲੇਮ ਕਰ ਰਿਹਾ, ਔਰ ਉਹ ਆਪਣੀ ਸਪੋਰਟ ਗੇਨ ਕਰ ਰਿਹਾ ਮਿਡ ਵੈਸਟ ਔਰ ਈਸਟਰਨ ਯੂਰਪ 'ਚ, ਅਮੈਰੀਕਾ 'ਚ, ਜਿੱਥੇ ਉਹਨੂੰ ਵੋਟ ਮਿਲਣੀ ਹੈ, ਐਂਡ ਹੀ ਇਜ਼ ਬਿਲਡਿੰਗ ਗਰਾਊਂਡ ਫੋਰ ਹਿਜ਼ ਰੀਇਲੈਕਸ਼ਨ। ਅਤੇ ਇਹ ਪੋਲੀਟੀਕਲ ਇਸ਼ੂ ਹੈ, ਲੇਕਿਨ ਹੁਣ ਉਹ ਤਾਂ ਤੁਸੀਂ ਕਰਦੇ ਰਹੋ ਬਈ, ਆਪਣੇ ਲੜਨ ਪਾਵਰ 'ਚ ਦੁਬਾਰਾ ਆਉਣ ਲਈ ਜੋ ਕਰੋਗੇ, ਹਥਕੰਡੇ ਬਣਾਓ, ਲੇਕਿਨ ਇਹ ਬੱਚਿਆਂ ਨੂੰ ਤੁਸੀਂ ਕਿਉਂ ਸੈਪਰੇਟ ਕਰਦੇ? ਇਹ ਪਾਲਿਸੀ ਗਲਤ ਹੈ। ਹੁਣ ਇਹ ਇਹਨੂੰ ਠੀਕ ਕਰਨਾ ਹੋ ਸਕਦਾ ਹੈ ਕਿ ਇੱਕ ਐਗਜ਼ੀਕਿਊਟਿਵ ਆਰਡਰ ਹੀ ਹੈਜ਼ ਟੂ ਇਸ਼ੂ, ਹੋਰ ਕੁਛ ਨਹੀਂ ਹੈ। ਐਂਡ ਮਾਈ ਇਨਫੋਰਮੇਸ਼ਨ ਇਜ਼, ਆਈ ਐਮ ਇਨ ਟੱਚ ਵਿਦ ਦ ਸੈਨੇਟਰਸ ਐਂਡ ਅਸੈਂਬਲੀ ਮੈਂਬਰਸ ਕਿ ਡਰਾਫਟ ਤਿਆਰ ਹੈ ਔਰ ਇਸ ਵੇਲੇ ਹਾਊਸ ਦੇ ਵਿੱਚ ਡਿਬੇਟ ਚੱਲ ਰਹੀ ਹੈ, ਐਂਡ ਹੀ ਇਜ਼ ਗੋਇੰਗ ਟੂ ਸਾਈਨ ਐਨ ਐਗਜ਼ੀਕਿਊਟਿਵ ਆਰਡਰ ਕਿ ਬੱਚਿਆਂ ਨੂੰ ਪੇਰੈਂਟਸ ਤੋਂ ਸੈਪਰੇਟ ਨਾ ਕੀਤਾ ਜਾਏ, ਐਂਡ ਥਿੰਗਸ ਸ਼ੁੱਡ ਬੀ ਨੋਰਮਲ ਦੇਅਰ ਆਫਟਰ। ਹੁਣ ਸਵਾਲ ਇਹ ਹੈ ਜੀ ਕਿ ਇਲੀਗਲ ਤੱਕ ਆਉਣਾ ਹੀ ਨਹੀਂ ਚਾਹੀਦਾ। ਇਲੀਗਲ ਕਿਉਂ ਆਵੇ? ਬਿਕੋਜ਼ ਯੂ ਆਰ ਟੀਅਰਿੰਗ ਦ ਵੈਰੀ ਫੈਬਰਿਕ ਆਫ ਡੈਮੋਕ੍ਰੇਸੀ। ਇਲੀਗਲ ਹੋਣਾ ਹੀ ਨਹੀਂ ਚਾਹੀਦਾ, ਲੇਕਿਨ ਸਵਾਲ ਅਗਰ ਪੁੱਛਿਆ ਜਾਏ, ਅਸਾਈਲਮ ਸੀਕਰਸ, ਵੀ ਕੈਨ ਕਾਲ ਦੈਮ ਅਸਾਈਲਮ ਸੀਕਰਸ, ਐਂਡ ਇਟ ਹੈਜ਼ ਬੀਨ ਆਲਵੇਜ਼ ਅਸਾਈਲਮ ਸੀਕਰ। ਜਿਹੜੇ ਦੇਸ਼ਾਂ, ਕਿਹੜੇ ਦੇਸ਼ਾਂ ਤੋਂ ਆਉਂਦੇ ਆ? ਦੇਖੋ, ਹਿੰਦੁਸਤਾਨ 'ਚ ਸ਼੍ਰੀਲੰਕਾ ਤੋਂ, ਨੇਪਾਲ ਤੋਂ, ਮਿਆਂਮਾਰ ਤੋਂ, ਬੰਗਲਾਦੇਸ਼ ਤੋਂ ਹਿੰਦੁਸਤਾਨ ਆਉਂਦੇ ਨੇ। ਜਿਹੜੇ ਦੇਸ਼ 'ਚ ਲਿਵਿੰਗ ਕੰਡੀਸ਼ਨ ਹਾਰਸ਼ ਹੋਣ, ਲੋਕ ਉੱਥੋਂ ਦੌੜ ਕੇ ਦੂਜੀ ਥਾਂ 'ਤੇ ਜਾਂਦੇ ਨੇ ਤਾਂ ਕਿ ਉੱਥੇ ਇੰਪਲੋਇਮੈਂਟ ਮਿਲੇ ਜਾਂ ਲਿਵਿੰਗ ਕੰਡੀਸ਼ਨ ਥੋੜ੍ਹੀਆਂ ਅੱਛੀਆਂ ਹੋ ਜਾਣ। ਇਸੇ ਤਰ੍ਹਾਂ ਅਮੈਰੀਕਾ 'ਚ ਤੁਹਾਡੇ ਹੇਟੀ, ਹੰਡੂਰਸ, ਕਿਊਬਾ ਐਂਡ ਆਲ ਦੀਸ ਤਿੰਨੋ ਕੰਟਰੀਜ਼ ਇੱਥੋਂ ਦੌੜ ਕੇ ਲੋਕ ਆਉਂਦੇ ਨੇ ਇਲੀਗਲ, ਕਿਉਂਕਿ ਉਹਨਾਂ ਦੇ ਆਪਣੇ ਮੁਲਕ 'ਚ ਬੜੀ ਦਿੱਕਤ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਇਹਨਾਂ ਨੂੰ ਰੋਕਣਾ ਕਿੱਦਾਂ ਚਾਹੀਦਾ ਹੈ, ਕਿਸ ਤਰ੍ਹਾਂ ਅਸੀਂ ਰੋਕੀਏ? ਨਾ, ਰੈਮੇਡੀ ਇਜ਼, ਓਨਲੀ ਰੈਮੇਡੀ ਇਜ਼ ਕਿ ਇਹ ਜਿਹੜੇ ਤੁਹਾਡੇ ਨੇੜੇ ਤੇ ਜਿੱਥੋਂ ਇੱਥੋਂ ਇਲੀਗਲ ਇਮੀਗ੍ਰੈਂਟਸ ਇੰਨੇ ਜ਼ਿਆਦਾ ਆ ਰਹੇ ਨੇ, ਉਹਨਾਂ ਤੋਂ ਹੈਲਪ ਕਰੋ, ਉਹਨਾਂ ਦੀ ਇੰਡਸਟਰੀਜ਼ ਉੱਥੇ ਵਧਾਓ, ਉਹਨਾਂ ਦੀਆਂ ਅਨਇੰਪਲੋਇਮੈਂਟ ਸਿਚੁਏਸ਼ਨ ਨੂੰ ਬੈਟਰ ਕਰੋ, ਉਹਨਾਂ ਦੀ ਇਕੋਨਮੀ ਨੂੰ ਤੁਸੀਂ ਕਰੋ, ਤਾਂ ਕਿ ਤੁਸੀਂ ਹਿੰਦੁਸਤਾਨ 'ਚ ਤੁਹਾਡੇ ਆਈ ਟੀ ਸੋਫਟਵੇਅਰ ਇੰਡਸਟਰੀ ਪੈਦਾ ਹੋ ਸਕਦੀ ਹੈ ਬੈਂਗਲੋਰ, ਹੈਦਰਾਬਾਦ ਦੇ ਵਿੱਚ,
ਇਹਨਾਂ ਨੂੰ ਲੋਕਾਂ ਨੂੰ ਵੀ ਟ੍ਰੇਨ ਕਰੋ, ਉਹਨਾਂ ਲੋਕਾਂ ਨੂੰ ਉੱਥੇ ਹੀ ਇੰਪਲੋਇਮੈਂਟ ਦਿਓ ਤਾਂ ਕਿ ਉਹ ਆਪਣੇ ਮੁਲਕ ਚੋਂ ਬਾਹਰ ਨਾ ਆਉਣ, ਤੇ ਤੁਸੀਂ ਜਿੱਥੋਂ ਬਿਮਾਰੀ ਆਉਂਦੀ ਹੈ ਉਸ ਜਗ੍ਹਾ ਤੋਂ ਉਹਨੂੰ ਟ੍ਰੀਟ ਕਰੋ ਤਾਂ ਕਿ ਤੁਹਾਨੂੰ ਦਿੱਕਤ ਨਾ ਹੋਵੇ। ਅਸੀਂ ਕੀ ਕਰਦੇ ਹਾਂ, ਅਸੀਂ ਉੱਪਰੋਂ ਉੱਪਰੋਂ ਕੰਮ ਕਰਦੇ ਹਾਂ, ਉਹ ਥੱਲੋਂ ਉਹੀ ਉਹ ਪ੍ਰੋਬਲਮ ਚੱਲਦੀ ਰਹਿੰਦੀ ਹੈ ਔਰ ਉਹ ਨਜ਼ਲਾ ਸਾਡੇ ਤੇ ਡਿੱਗਦਾ ਹੈਗਾ, ਇਹ ਨਹੀਂ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਬ੍ਰਿੰਦਰ ਜੀ ਫੋਰ ਐਕਸਪਲੇਨਿੰਗ ਇਟ ਐਂਡ ਯੂ ਨੋ ਜਿਸ ਤਰ੍ਹਾਂ ਤੁਸੀਂ ਸਮਝੇ ਹੋ ਉਹਨੂੰ ਸ਼ੇਅਰ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਟੀਵੀ ਤੋਂ ਪਰੇ ਹੋ ਜਾਓ ਪਲੀਜ਼, ਫੋਨ ਤੇ ਸਾਡੇ ਨਾਲ ਗੱਲ ਕਰੋ। ਹੈਲੋ, ਹਾਂਜੀ ਹਾਂਜੀ ਹਾਂਜੀ, ਮੈਂ ਆਵਾਜ਼ ਥੋੜੀ ਘੱਟ ਕਰਨੀ ਇੱਕ ਸੈਕਿੰਡ ਲਈ। ਹਾਂਜੀ, ਜਿਆਦਾ ਟਾਈਮ ਨਹੀਂ ਲਾਂਗੀ। ਆ ਜਿਹੜੇ ਭਾਈ ਸਾਹਿਬ ਹੁਣੇ ਬੋਲ ਰਹੇ ਸੀ, ਆਈ 100% ਐਗਰੀ ਵਿਦ ਹਿਮ। ਓਕੇ, 100% ਤੁਸੀਂ ਕੌਣ ਬੋਲ ਰਹੇ ਹੋ? ਮੈਂ ਜੈਸਿਕਾ ਸਾਊਥ ਕੋਟਾ ਤੋਂ ਬੋਲਦੀ ਹਾਂ। ਹਾਂਜੀ, ਟਰੰਪ ਸਪੋਰਟਰ ਵੀ ਹਾਂ, ਬਟ ਆਈ ਅੰਡਰਸਟੈਂਡ ਕਿ ਮਾਂ ਤੋਂ ਬੱਚਾ ਅਲੱਗ ਨਹੀਂ ਹੋਣਾ ਚਾਹੀਦਾ। ਬਿਲਕੁਲ, ਪੋਲੀਟੀਕਲ ਇਸ ਵੇਲੇ ਅਸੀਂ ਪੋਲੀਟੀਕਲ ਲੈਂਸ ਨਾਲ ਨਾ ਵੀ ਦੇਖੀਏ ਨਾ, ਇੱਕ ਹਿਊਮੈਨਿਟੇਰੀਅਨ ਲੈਂਸ ਨਾਲ ਦੇਖੀਏ, ਅਸੀਂ ਭਾਵੇਂ ਟਰੰਪ ਦੇ ਨਾਲ ਆ ਜਾਂ ਐਂਟੀ ਆ, ਡਸਨਟ ਮੈਟਰ। ਰਾਈਟ ਜੀ, ਯਾ ਆਈ ਅੰਡਰਸਟੈਂਡ, ਮੇ ਬੀ ਉਹ ਬੱਚੇ ਦੀ ਜਿਹੜੀ ਲਈ ਗਈ ਹੈ ਉਹ ਕਿਤੇ ਸ਼ੋ ਨਹੀਂ ਕਰ ਰਹੇ ਹੋ ਬੱਚਾ ਪਿਓ ਲਈ, ਯੈਸ ਹੀ ਇਜ਼ ਕ੍ਰਾਈਂਗ ਬਟ ਡਸਨਟ ਸ਼ੋ ਕਿ ਉਹਦਾ ਬਾਪ ਉਸ ਤੋਂ ਦੂਰ ਹੈ ਜਾਂ ਨਹੀਂ। ਉਹ ਕਿਸ ਕ੍ਰਾਈ ਕਰ ਰਿਹਾ, ਕਿਸੇ ਤੋਂ ਭੱਜ ਭੱਜ ਕੇ ਆ ਰਹੇ ਨੇ, ਤੇ ਉਹ ਹੁਣ ਉਹ ਕਿਸ ਕਿਸ ਉਸ ਤੇ ਕ੍ਰਾਈ ਕਰ ਰਿਹਾ ਉਹ ਬੱਚਾ। ਪਰ ਪੰਛੀ ਦੇਖੋ 2300, ਦੈਟ ਇਜ਼ ਅ ਫੈਕਚੁਅਲ ਰਿਪੋਰਟ, 2300 ਬੱਚੇ ਅਲੱਗ ਕਰ ਦਿੱਤੇ ਗਏ ਹੈ, ਐਂਡ ਵੀ ਵਿਲ ਆਸਕ ਆਰ ਐਕਸਪਰਟਸ ਆਲਸੋ, ਐਂਡ ਸਾਨੂੰ ਸਭ ਨੂੰ ਥੋੜਾ ਤੇ ਪਤਾ ਹੈ ਕਿ ਬੱਚਿਆਂ ਨੂੰ ਇਸ ਉਮਰ ਦੇ ਵਿੱਚ ਅਲੱਗ ਕਰ ਦੇਣਾ ਕਰਨਾ ਚਾਹੀਦਾ। ਇਸ ਗੱਲ ਲਈ ਅਸੀਂ 100% ਟਰਾਮਾ ਕਰਦੀ ਹੈ ਭੈਣ ਜੀ, ਕਿੰਨਾ ਟਰਾਮਾ ਹੈ। ਹਾਂਜੀ ਜੀ, ਕਿ ਬੱਚਾ ਮਾਂ ਤੋਂ ਅਲੱਗ ਨਹੀਂ ਹੋਣਾ ਚਾਹੀਦਾ, ਬਟ ਜੋ ਉਹ ਭਾਈ ਸਾਹਿਬ ਕਹਿ ਕੇ ਹਟੇ ਆ ਉਹਨਾਂ ਨਾਲ ਵੀ ਮੈਂ ਐਗਰੀ ਕਰਦੀ ਹਾਂ। ਐਬਸੋਲੂਟਲੀ ਜੀ, ਬਿਲਕੁਲ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਫੋਰ ਦਿਸ ਸ਼ੋ, ਥੈਂਕ ਯੂ ਫੋਰ ਦਿਸ, ਥੈਂਕ ਯੂ ਸੋ ਮਚ। ਨਹੀਂ, ਬਿਲਕੁਲ ਸਹੀ ਗੱਲ ਹੈ ਕਿ ਰਿਫਿਊਜੀ ਕ੍ਰਾਈਸਿਸ ਜਿਹੜਾ ਹੈਗਾ ਹੈ ਉਹ ਇਸ ਵੇਲੇ ਵੱਧਦਾ ਜਾ ਰਿਹਾ। ਕੁਛ ਅਸੀਂ ਕਹਿੰਦੇ ਹਾਂ ਵੀ ਆ ਮੇਡ ਆਫ ਇਮੀਗ੍ਰੈਂਟਸ, ਰਿਫਿਊਜੀ ਕ੍ਰਾਈਸਿਸ ਵੱਧ ਰਿਹਾ, ਔਰ ਦੇ ਹੈਜ਼ ਟੂ ਬੀ ਕਿ ਕੋਈ ਆਰਡਰ, ਉਹਦੇ ਵਾਸਤੇ ਕੋਈ ਪ੍ਰੋਸੀਜਰ ਚਾਹੀਦਾ। ਬਟ ਗੱਲ ਸਿਰਫ ਇੰਨੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਬ੍ਰਿੰਦਰ ਜੀ ਨੇ ਕਿਹਾ ਕਿ ਉਹ ਦੁਖੀ ਹੁੰਦੇ ਹੈ, ਅਸਾਈਲਮ ਸੀਕਰਸ ਨੇ ਇਲੀਗਲੀ ਆਉਂਦੇ ਨੇ, ਬਾਰਡਰਸ ਕ੍ਰੋਸ ਕਰਕੇ ਆਉਂਦੇ ਨੇ, ਅਨਹੈਲਦੀ ਜਿਹੜੀ ਇਨਵਾਇਰਮੈਂਟ ਹੈ, ਪੋਲੀਟੀਕਲ ਹੈ ਜਾਂ ਸੋਸ਼ਲ ਹੈ ਜਾਂ ਉਂਝ ਇਕਨੋਮਿਕਲ ਹੈ, ਉਸ ਤੋਂ ਹਟ ਕੇ ਬੈਟਰ ਲਾਈਫ ਵਾਸਤੇ ਇੱਥੇ ਆਉਂਦੇ ਨੇ, ਉਹ ਕਿਉਂ ਆਉਣ? ਇਸ ਨੂੰ ਵੱਡੇ ਲੈਵਲ 'ਤੇ ਸੋਚ ਕੇ ਉਹਦੇ ਯੂ ਨੋ ਸੋਲਿਊਸ਼ਨਸ ਲੱਭਣੇ ਚਾਹੀਦੇ, ਤਾਂ ਕਿ ਉਹ ਜਿੱਥੇ ਹੈਗੇ ਨੇ ਨੇਬਰਸ, ਜਿਵੇਂ ਕਹਿੰਦੇ ਹਾਂ ਨਾ ਅਸੀਂ ਕਿ ਨੇਬਰਸ ਦਾ, ਉਸ ਤਰ੍ਹਾਂ ਅਸੀਂ ਉਹਨਾਂ ਨੂੰ ਡਿਵੈਲਪ ਕਰਨ 'ਚ ਹੈਲਪ ਕਰੀਏ ਤਾਂ ਕਿ ਉਹ ਆਪਣੀ ਜਗ੍ਹਾ 'ਤੇ ਹੀ ਖੁਸ਼ ਰਹਿਣ। ਦੈਟ ਇਜ਼ ਦ ਪਰਫੈਕਟ ਐਂਡ ਬੈਸਟ ਸੋਲਿਊਸ਼ਨ ਸੰਬੜੀ ਕੈਨ ਸੁਜੈਸਟ। ਬਟ ਓਵਰਆਲ ਜਿੰਨਾ ਵੀ ਇਹ ਚੀਜ਼ ਹੋ ਰਹੀ ਹੈ ਉਹਨੂੰ ਡੀਪ ਲੈਵਲ 'ਤੇ ਨਾ ਜਾ ਕੇ ਸਰਫੇਸ ਦੇ ਉੱਤੇ ਇੰਨੇ ਇੰਪਲਸਿਵ ਡਿਸੀਜਨਸ ਲੈਣੇ ਕਿ ਸਟ੍ਰੇਟ ਅਵੇ ਤੁਸੀਂ ਇਹ ਕਰ ਦਿਉ, ਐਂਡ ਉਹ ਐਗਜ਼ੈਕਟਿਵ ਆਰਡਰ ਦੀ ਜਿਹੜੀ ਗੱਲ ਕਰ ਰਹੇ ਉਹ ਵੀ ਕਰੰਟਲੀ ਜਿਵੇਂ ਕੱਲ੍ਹ ਸਿਗਾ ਕੇ ਉਹ ਰਿਪਬਲਿਕਨਸ ਨੂੰ ਮਿਲ ਰਹੇ ਹੈ, ਟਰੰਪ ਮਿਲ ਰਿਹਾ, ਅੱਜ ਤਾਂ ਵੀ ਇੰਨਾ ਹੋਪਫੁਲ ਮੀਟਿੰਗ ਨਹੀਂ ਹੋਈ ਸੀ, ਅੱਜ ਫਿਰ ਆ ਗਿਆ ਕਿ ਐਗਜ਼ੈਕਟਿਵ ਆਰਡਰ ਯੂ ਨੋ ਡਰਾਫਟ ਬਣ ਚੁੱਕਿਆ ਜਿਹੜਾ ਬਰਿੰਦਰ ਜੀ ਕਹਿ ਰਹੇ ਨੇ, ਉਹ ਵੀ ਇੱਕ ਤਰ੍ਹਾਂ ਨਾਲ ਮਿਸਗਾਈਡੈਂਸ ਹੈ ਕਿਉਂਕਿ ਉਹ ਪੋਲਿਸੀ ਹੈ ਉਹਨਾਂ ਨੇ ਬਣਾਈ ਹੈ, ਉਹਨੂੰ ਹੀ ਸਾਈਨ ਆਫ ਕਰ ਸਕਦੇ ਨੇ। ਸੋ ਇੰਨਾ ਜ਼ਿਆਦਾ ਡਰਾਮਾ ਕਿਉਂ, ਇੰਨਾ ਜਿਹੜੇ ਉਹ ਬੱਚੇ ਇੰਨੇ ਦੇਰ ਅਲੱਗ ਹੋ ਗਏ ਉਹਨਾਂ 'ਤੇ, ਆਫਟਰ ਦ ਬ੍ਰੇਕ ਵੀ ਮਸਟ ਟਾਕ ਅਬਾਊਟ ਕਿ ਉਹਨਾਂ 'ਤੇ ਅਸਰ ਕੀ ਹੋ ਸਕਦਾ, ਕੀ ਰਿਸਕ ਹੈ ਉਹਨਾਂ ਦਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ।